ਮੌਲਵੀਆਂ ਦੀ ਗੱਲ ਨਹੀਂ ਕਰ ਰਿਹਾ, ਉਹਨਾਂ ਦੀ ਕਰ ਰਿਹਾ ਜਿਹੜੇ ਵਲੀਆਂ ਨੂੰ ਜਾਣਦੇ ਨੇ। ਖੁਦਾ ਦੀ ਕਸਮ ਸਾਡੇ ਉਲਮਾਏ ਅਹਲ ਸੁਨਨਤ ਤੇ ਵਲੀਆਂ ਦੇ ਗੁਲਾਮ ਨੇ, ਅਸੀਂ ਤੇ ਵਲੀਆਂ ਨੂੰ ਵੀ ਮੰਨਣ ਵਾਲੇ ਆ, ਵਲੀਆਂ ਤੇ ਵਲੀਆਂ ਨੂੰ ਵੀ ਮੰਨਣ ਵਾਲੇ ਆ, ਨਬੀ ਦੀ ਆਲ ਨੂੰ ਵੀ ਮੰਨਣ ਵਾਲੇ ਆ, ਸਾਹਬ ਨੂੰ ਵੀ ਮੰਨਣ ਵਾਲੇ ਆ। ਸਾਡੇ ਮੌਲਵੀਆਂ ਬੰਦੇ ਕੋ ਹੋ ਸਕਦਾ ਇਹ ਉਲਮਾਏ ਅਹਲ ਸੁਨਨਤ ਸੁਣੀਆਂ ਦਾ ਤਾਜ ਨੇ, ਪਰ ਉਹ ਬੇਕਾਬਾ ਦੀ ਕਸਮ ਇਹ ਜ਼ੀਨਤ ਨੇ ਵਸਾ ਦਿੱਤੀ, ਇਹ ਹੀਰਾ ਨੇ, ਇਹਨਾਂ ਦੀ ਕਦਰ ਕਰੋ, ਉਲਮਾ ਦੀ ਕਦਰ ਕਰੋ, ਆਪਣੇ ਇਮਾਮ ਦੀ ਕਦਰ ਕਰੋ। ਕਿਉਂ? ਕਿਉਂਕਿ ਹਸ਼ਰ ਵਾਲੇ ਦਿਨ ਜਿਬਰਾ ਮੌਜੂਦ ਨੇ ਜਾਣਦੇ ਨੇ ਹਦੀਸ ਮੁਬਾਰਕ ਹੈ, ਹਰ ਬੰਦੇ ਨੂੰ ਉਹਦੇ ਰਹਿਬਰ ਦੇ ਨਾਮ ਤੋਂ ਪੁਕਾਰਿਆ ਜਾਏਗਾ, ਉਹਦੇ ਇਮਾਮ ਦੇ ਨਾਮ ਤੋਂ ਪੁਕਾਰਿਆ ਜਾਏਗਾ। ਅਗਰ ਦੁਨੀਆ ਤੇ ਰਹਿ ਕੇ ਆਪਣੇ ਇਮਾਮ ਦੇ ਗਿਲੇ ਕਰਦੇ ਰਹੇ, ਤੇ ਪਿੱਛੇ ਨਮਾਜ਼ਾਂ ਵੀ ਪੜ੍ਹਦੇ ਰਹੇ, ਸ਼ਿਕਵੇ ਸ਼ਿਕਾਇਤਾਂ ਕਰਦੇ ਰਹੇ, ਨਮਾਜ਼ਾਂ ਵੀ ਪੜ੍ਹਦੇ ਰਹੇ, ਰੱਬੇ ਕਾਬਾ ਦੀ ਕਸਮ ਦੇ ਇਮਾਮ ਦਾ ਗਿਲਾ ਕਰਨ ਵਾਲਾ ਬੰਦਾ ਇਮਾਮ ਪਿੱਛੇ ਹਜ਼ਾਰ ਨਮਾਜ਼ ਵੀ ਪੜ੍ਹੇ, ਅੱਲਾਹ ਇੱਕ ਕਬੂਲ ਨਹੀਂ ਕਰਨੀ, ਇੱਕ ਵੀ ਕਾਬਲੇ ਕਬੂਲ ਨਹੀਂ। ਕਦੋਂ ਕਬੂਲ ਹੋਏਗੀ? ਜਦੋਂ ਇਮਾਮ ਵਾਸਤੇ ਕਲੇਜਾ ਵੀ ਠੀਕ ਹੋਏਗਾ, ਅੰਦਰ ਵੀ ਠੀਕ ਹੋਏਗਾ, ਬਾਹਰ ਵੀ ਠੀਕ ਹੋਏਗਾ। ਹਸ਼ਰ ਵਾਲੇ ਦਿਨ ਇਹ ਇਮਾਮ ਬਾਹਰ ਫੜ ਕੇ ਆਖੇਗਾ, ਯਾ ਅੱਲਾ ਮੇਰੇ ਮਗਰ ਨਮਾਜ਼ ਨਾ ਪੜਦਾ ਰਿਹਾ, ਕੋਈ ਆਖੇਗਾ ਯਾ ਅੱਲਾ ਮੇਰੇ ਕੋਲ ਕੁਰਾਨ ਪੜਦਾ ਰਿਹਾ, ਕੋਈ ਆਖੇਗਾ ਯਾ ਅੱਲਾ ਮੇਰੇ ਕੋਲ ਦੀਨ ਦੀਆਂ ਗੱਲਾਂ ਸੁਣਦਾ ਰਿਹਾ, ਕੋਈ ਆਖੇਗਾ ਯਾ ਅੱਲਾ ਮੇਰੇ ਅੱਖੇ ਲੱਖੇ ਨਮਾਜ਼ੀ ਬਣ ਗਏ, ਕੋਈ ਆਖੇਗਾ ਯਾ ਅੱਲਾ ਮੇਰੇ ਅੱਖੇ ਲੱਖੇ ਰੋਜ਼ੇ ਤਾਰ ਬਣ ਗਏ। ਇਮਾਮ ਨੇ ਮਸਾਜਿਦ ਦੇ ਇਮਾਮ ਇਹਨਾਂ ਨੂੰ ਜਮਾ ਕੀਤਾ ਜਾਏਗਾ, ਹੁਣ ਇਹ ਸਾਰੇ ਇਮਾਮ ਇਮਾਮਾਂ ਦੇ ਇਮਾਮਾਂ ਦੇ ਇਮਾਮਾਂ ਦੇ ਇਮਾਮ ਦੇ ਪਿੱਛੇ ਤਵੱਜੋ ਫਰਮਾਓ, ਸਾਰੇ ਇਮਾਮ ਇਮਾਮਾਂ ਦੇ ਇਮਾਮਾਂ ਦੇ ਇਮਾਮਾਂ ਦੇ ਇਮਾਮ ਦੇ ਪਿੱਛੇ, ਮੌਲਾ ਅਲੀ ਦੇ ਪਿੱਛੇ, ਮੌਲਾ ਅਲੀ ਨਬੀ ਦੇ ਪਿੱਛੇ, ਭਾਈ ਤੁਮਰਾ ਸਮਾਜ ਸਮਾਜ ਸਾਰੇ ਇਮਾਮ ਅੱਜ ਤੋਂ ਲੈ ਕੇ ਇਮਾਮ ਉਲ ਅੰਬੀਆ ਤੱਕ ਸਾਰੇ ਇਮਾਮ ਇਮਾਮਾਂ ਦੇ ਇਮਾਮਾਂ ਦੇ ਇਮਾਮਾਂ ਦੇ ਪਿੱਛੇ, ਮੌਲਾ ਅਲੀ ਮੇਰੇ ਨਬੀ ਦੇ ਪਿੱਛੇ, ਇਮਾਮਤ ਦੇ ਮਸੱਲੇ ਤੇ ਖੜਾ ਹੋਣਾ ਕੋਈ ਆਮ ਬਾਤ ਹੈ? ਭਈ ਆਮ ਬਾਤ ਨਹੀਂ, ਇਹ ਮਸੱਲਾ ਹੋਏ ਜਿਹਦੇ ਤੇ ਅਮੀਨਾ ਦਾ ਨਾਲ ਖਲੋਦਾ ਹੈ, ਇਹ ਮਸੱਲਾ ਹੋਏ ਜਿਹਦੇ ਤੇ ਫਾਰੂਕ ਆਜ਼ਮ ਖਲੋਦਾ ਹੈ, ਇਹ ਮਸੱਲਾ ਹੋਏ ਜਿਹਦੇ ਤੇ ਅਬੂ ਬਕਰ ਵਾਲੀ ਖਲੋਦੇ ਨੇ, ਇਹ ਮਸੱਲਾ ਹੋਏ ਜਿਹਦੇ ਤੇ ਮੇਰੇ ਹਸਨ ਖਲੋਦੇ ਨੇ, ਇਹ ਮਸੱਲਾ ਹੋਏ ਜਿਹਦੇ ਤੇ ਹੁਸੈਨ ਖਲੋਦੇ ਨੇ, ਦਾਦਾ ਅਲੀ ਹਕੀਮੇਰੀ, ਬਾਬਾ ਫਰੀਦ, ਪੀਰ ਮਹਿਰੀ ਅਲੀ, ਖਾਜਾ ਮੁਹੀਦੁੱਦੀਨ ਚਿਸ਼ਤੀ ਮੇਰੀ, ਪੀਰ ਪਠਾਨ, ਪੀਰ ਫਤਹ ਸ਼ਾਹ, ਅੱਲਾ ਸੈਦ ਮਲਾਲਾ, ਖਲੋਣ ਵਾਲਾ ਕੌਣ ਹੈ ਇਹ ਵੇਖਣਾ, ਕਿੰਨੇ ਉੱਤੇ ਖਲੋਤਾ ਹੈ